ਸਟੇਸ਼ਨ ਦੇ ਉੱਤੇ ਜਿਹੜਾ ਟੈਕਸੀ ਸਟੈਂਡ ਸੀਗਾ ਉਹਨੂੰ ਨਾਦਰਸ਼ਾਹੀ ਫਰਮਾਨ ਜਿਹੜਾ ਜਾਰੀ ਕਰ ਦਿੱਤਾ ਕਿ ਇੱਥੋਂ ਰਿਮੂਵ ਕਰ ਦਿੱਤਾ ਜਾਵੇ। ਮੈਂ ਪ੍ਰੈਸ ਦੇ ਰਾਹੀਂ ਪੁੱਛਣਾ ਚਾਹੁੰਦਾ ਕਿ ਜਿੱਥੇ ਪੈਸੰਜਰ ਆਉਂਦੇ ਨੇ ਉੱਥੋਂ ਦੱਸਿਆ ਜਾਵੇ ਕਿ ਹਿੰਦੁਸਤਾਨ ਤਾਂ ਬੜੀ ਮਤਲਬ ਦੂਰ ਦੀ ਗੱਲ ਆ, ਬੜੇ ਬੜੇ ਐਡਵਾਂਸ ਜਿਹੜੀਆਂ ਕੰਟਰੀ ਨੇ US ਕੈਨੇਡਾ, ਹਰ ਸਟੇਸ਼ਨ ਦੇ ਉੱਤੇ ਹਰ ਏਅਰਪੋਰਟ ਦੇ ਉੱਤੇ ਇੱਕ ਟੈਕਸੀ ਸਟੈਂਡ ਹੁੰਦਾ। ਸਿਰਫ ਤੇ ਸਿਰਫ ਠੇਕਾ ਜਿਹੜਾ ਸ਼ਵੇਤ ਮਲਕ ਦੇ ਕਿਸੇ ਆਪਣੇ ਬੰਦੇ ਕੋਲੋਂ ਲਿਆ ਗਿਆ ਔਰ ਇਹਦੀ ਕਮਾਈ ਵਧਾਉਣ ਲਈ ਟੈਕਸੀ ਵਾਲਿਆਂ ਨੂੰ ਇੱਥੋਂ ਜਿਹੜਾ ਰਿਮੂਵ ਕਰਨ ਦਾ ਹੁਕਮ ਦਿੱਤਾ ਗਿਆ। ਇਹ ਬਦਕਿਸਮਤੀ ਹੈ ਸਾਡੇ ਮੁਲਕ ਦੀ, ਸਾਡੇ ਸੂਬੇ ਦੀ, ਕਿ ਇੱਥੇ ਜਿਹੜਾ ਕੋਲੋਨਾਈਜ਼ਰ ਹੁੰਦਾ ਉਹਨੂੰ ਲੋਕਲ ਬੋਡੀ ਦਾ ਮਿਨਿਸਟਰ ਬਣਾ ਦਿੱਤਾ ਜਾਂਦਾ, ਜਿਹੜਾ ਪ੍ਰਾਈਵੇਟ ਸਕੂਲਾਂ ਦਾ ਮਾਲਕ ਹੈ ਉਹ ਐਜੂਕੇਸ਼ਨ ਮਿਨਿਸਟਰ ਬਣ ਜਾਂਦਾ, ਜਿਹਦੇ ਹਸਪਤਾਲ ਚੱਲਦੇ ਨੇ ਉਹ ਮੈਡੀਕਲ ਮਿਨਿਸਟਰ ਬਣ ਜਾਂਦਾ। ਕਾਰੋਬਾਰੀਆਂ ਨੇ ਸਿਆਸਤ 'ਚ ਆ ਕੇ ਸਾਡੇ ਸੂਬੇ ਦਾ ਬੇੜਾ ਗਰਕ ਕੀਤਾ ਆ। ਟੈਕਸੀ ਸਟੈਂਡ ਲਈ ਜਗ੍ਹਾ ਚਾਹੀਦੀ ਹੈ ਔਰ ਹਰ ਹਾਲ 'ਚ ਚਾਹੀਦੀ ਹੈ, ਇਹਨਾਂ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਹੈ। ਪੁਲਿਸ ਪ੍ਰਸ਼ਾਸਨ ਦੇ ਉੱਤੇ ਰੇਲਵੇ ਵੱਲੋਂ ਦਬਾਅ ਬਣਾ ਕੇ ਇਹਨਾਂ ਨੂੰ ਇੱਥੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਔਰ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਸ਼ਹਿਰ ਦੀ ਸਭ ਤੋਂ ਮੈਂ ਜਿਹਨੂੰ ਸਨਮਾਨਯੋਗ ਹਸਤੀ ਗਿਣਦਾ ਪ੍ਰੋਫੈਸਰ ਲਕਸ਼ਮੀਕਾਂਤ ਚਾਵਲਾ ਇੱਥੇ ਆਏ, ਉਹਨਾਂ ਭਾਜਪਾ ਦੇ ਜਿਹੜੇ MP ਨੇ ਸ਼ਵੇਤ ਮਲਕ ਉਹਨਾਂ ਨੂੰ ਫੋਨ ਦੇ ਉੱਤੇ ਕਿਹਾ ਕਿ DRM ਦਾ ਵਿਜ਼ਨ ਨਹੀਂ ਹੈ ਲੋਕਾਂ ਨੂੰ ਜਾਣਨਾ, ਮੇਰੇ ਖਿਆਲ 'ਚ ਤੇਰਾ ਵਿਜ਼ਨ ਹੈ, ਇਹਦੇ ਉੱਤੇ ਦੁਬਾਰਾ ਗੌਰ ਕੀਤਾ ਜਾਵੇ। ਮੈਂ ਵੀ ਸ਼ਵੇਤ ਮਲਕ ਨੂੰ ਕਹਿੰਦਾ ਕਿ ਸਰਕਾਰ 'ਚੋਂ ਤੁਸੀਂ, ਭਾਜਪਾ ਦੀ ਸਰਕਾਰ ਹੈ, ਆਪਦੇ ਮੰਤਰੀ ਨਾਲ ਜਾਂ ਆਪਦੇ DRM ਨਾਲ ਜਿਹੜੇ ਵੀ ਅਫਸਰ ਨੇ ਇਹਨਾਂ ਨਾਲ ਗੱਲ ਕਰਕੇ ਕਿਸੇ ਦੀ ਰੋਜ਼ੀ ਰੋਟੀ ਨਾ ਖੋਈ ਜਾਵੇ। ਮੋਦੀ ਸਾਹਿਬ ਨੇ ਕਿਹਾ ਸੀਗਾ ਕਿ 2 ਕਰੋੜ ਨੌਕਰੀ ਮੈਂ ਹਰ ਸਾਲ 'ਚ ਦੇਣੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਘਰ ਘਰ ਨੌਕਰੀ ਦੇਣੀ ਹੈ। ਪਤਾ ਤਾਂ ਅੱਜ ਲੱਗਣ ਡਿਆ ਵੀ ਜਿਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਉਹ ਵੀ ਇਹਨਾਂ ਖੋਣ ਦੀ ਤਿਆਰੀ ਕੀਤੀ ਹੋਈ ਹੈ। ਇਹ ਕਿਸੇ ਵੀ ਕੀਮਤ 'ਤੇ ਧੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ।